ਦੇਖੋ, ਮੈਂ ਆਪਣੀ ਰਾਜਨੀਤਿਕ ਕੈਰੀਅਰ ਯੂਥ ਕਾਂਗਰਸ ਦੇ ਅਹੁਦੇਦਾਰ ਹੋਣ ਦੇ ਨਾਤੇ ਸ਼ੁਰੂ ਕੀਤਾ ਸੀ। ਰਣਦੀਪ ਸਿੰਘ ਸੁਰਜੇਵਾਲਾ ਜੀ ਜਦੋਂ ਇੰਡੀਆ ਦੇ ਪ੍ਰਧਾਨ ਸੀ, ਉਸ ਵੇਲੇ ਮੈਂ ਪੰਜਾਬ ਦੇ ਵਿੱਚ ਸੂਬਾ ਸਕੱਤਰ ਦੇ ਰੂਪ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਲਗਭਗ 2002-03 ਦੀ ਗੱਲ ਹੈ। ਔਰ ਉਸ ਤੋਂ ਬਾਅਦ ਲਗਾਤਾਰ 1977 ਤੋਂ ਬਾਅਦ ਮੈਂ ਜਨਰਲ ਸਕੱਤਰ ਬਣਿਆ, ਫਿਰ ਮੈਂ ਉਪ ਪ੍ਰਧਾਨ ਬਣਿਆ, ਅਤੇ 2005 ਦੇ ਵਿੱਚ ਜਦੋਂ ਮੇਰੇ ਪਿਤਾ ਜੀ ਮੰਡੀ ਬੋਰਡ ਦੇ ਚੇਅਰਮੈਨ ਸੀ ਅਤੇ ਉਹਨਾਂ ਦਾ ਸਵਰਗਵਾਸ ਹੋਇਆ, ਤਾਂ ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੈਨੂੰ ਬਤੌਰ ਚੇਅਰਮੈਨ ਪੀਡਾ ਦਾ ਲਗਾ ਕੇ ਸਾਡੇ ਪਰਿਵਾਰ ਦੀ ਜੋ ਸੇਵਾ ਕਾਂਗਰਸ ਪਾਰਟੀ ਵਾਸਤੇ ਸੀ ਔਰ ਜੋ ਵਫਾਦਾਰੀ ਸਾਡੇ ਪਰਿਵਾਰ ਦੀ ਕੈਪਟਨ ਸਾਹਿਬ ਦੇ ਨਾਲ ਸੀ, ਉਸ ਦੇ ਕਰਕੇ ਮੈਨੂੰ ਨਵਾਜਿਆ। 1.5 ਸਾਲ ਮੈਂ ਉੱਥੇ ਕੰਮ ਕੀਤਾ। 2007 ਦੀਆਂ ਚੋਣਾਂ ਤੋਂ ਪਹਿਲਾਂ ਸਪਟੈਂਬਰ 2006 'ਚ ਮੈਨੂੰ ਕੈਪਟਨ ਸਾਹਿਬ ਨੇ ਪਾਰਟੀ ਦੀ ਹਾਈਕਮਾਂਡ ਨੂੰ ਕਹਿ ਕੇ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ। ਔਰ ਯੂਥ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਮੈਂ ਸਮੁੱਚੇ ਪੰਜਾਬ ਵਿੱਚ ਯੂਥ ਕਾਂਗਰਸ ਦੀ ਜਥੇਬੰਦੀ ਨੂੰ ਚਲਾਉਣ ਵਾਸਤੇ ਕੰਮ ਕੀਤਾ। ਔਰ ਉਸ ਤੋਂ ਬਾਅਦ ਰਾਹੁਲ ਗਾਂਧੀ ਜੀ ਦੇ ਪਾਇਲਟ ਪ੍ਰੋਜੈਕਟ ਜੋ ਯੂਥ ਕਾਂਗਰਸ ਦੀਆਂ ਚੋਣਾਂ ਦਾ ਪੰਜਾਬ ਨੂੰ ਮਿਲਿਆ, ਉਹਦੇ 'ਚ ਮੈਂ ਅਗਰਸਰ ਹੋ ਕੇ ਕੰਮ ਕੀਤਾ, ਅੱਗੇ ਹੋ ਕੇ ਕੰਮ ਕੀਤਾ ਔਰ ਪੰਜਾਬ ਦੇ ਵਿੱਚ ਉਸ ਪ੍ਰੋਜੈਕਟ ਨੂੰ ਕਾਮਯਾਬ ਕੀਤਾ। ਔਰ ਉਸ ਤੋਂ ਬਾਅਦ ਮੈਨੂੰ ਜ਼ਿੰਮੇਵਾਰੀ ਗੁਜਰਾਤ ਦੀ ਮਿਲੀ ਅਤੇ ਪੂਰੇ ਹਿੰਦੁਸਤਾਨ ਦੇ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਲਾਈ ਗਈ। ਗੁਜਰਾਤ ਦੀਆਂ ਚੋਣਾਂ ਜਦੋਂ ਚੱਲ ਰਹੀਆਂ ਸੀ ਯੂਥ ਕਾਂਗਰਸ ਦੀਆਂ, ਉੱਥੇ ਮੇਰਾ ਕੰਮ ਦੇਖਦੇ ਹੋਏ ਮੈਨੂੰ ਪਾਰਟੀ ਨੇ ਲੋਕ ਸਭਾ ਦਾ ਸੰਗਰੂਰ ਤੋਂ 2009 'ਚ ਟਿਕਟ ਦਿੱਤਾ। ਔਰ ਸੰਗਰੂਰ ਦੇ ਲੋਕਾਂ ਨੇ ਪਿਆਰ ਦਿੱਤਾ, ਆਸ਼ੀਰਵਾਦ ਦਿੱਤਾ ਅਤੇ ਮੈਨੂੰ ਹਿੰਦੁਸਤਾਨ ਦੀ ਸਭ ਤੋਂ ਬੜੀ ਪੰਚਾਇਤ ਪਾਰਲੀਮੈਂਟ 'ਚ ਪਹੁੰਚਾਇਆ। 2014 ਤੱਕ ਮੈਂ MP ਰਿਹਾ ਔਰ ਉਸ ਤੋਂ ਬਾਅਦ ਜਦੋਂ ਚੋਣ ਮੈਂ 2014 'ਚ ਹਾਰ ਗਿਆ, ਤਾਂ ਮੈਨੂੰ ਪਾਰਟੀ ਨੇ ਬਤੌਰ ਮੁੱਖ ਬੁਲਾਰਾ ਕਾਂਗਰਸ ਪਾਰਟੀ ਦਾ, ਆਲ ਇੰਡੀਆ ਕਾਂਗਰਸ ਕਮੇਟੀ ਦਾ ਬਣਾ ਕੇ ਨਵਾਜਿਆ। ਮੈਂ ਪਾਰਟੀ ਦੀ ਉੱਥੇ ਸੇਵਾ ਕੀਤੀ ਔਰ ਹੁਣ ਮੈਨੂੰ 2016 ਦੇ ਵਿੱਚ ਡਿਸੰਬਰ 'ਚ ਆ ਕੇ ਪਾਰਟੀ ਨੇ ਸੰਗਰੂਰ ਤੋਂ ਵਿਧਾਨ ਸਭਾ ਦੀ ਚੋਣ ਲੜਨ ਵਾਸਤੇ ਭੇਜਿਆ। ਔਰ ਮੇਰਾ ਇਹ ਮੇਰਾ ਲਗਾਤਾਰ ਔਰਗਨਾਈਜੇਸ਼ਨ ਦੇ ਵਿੱਚ ਜੋ ਮੇਰੀ ਸੇਵਾ ਰਹੀ ਹੈ, ਪਾਰਟੀ ਨੇ ਵੱਖ ਵੱਖ ਸਮੇਂ 'ਤੇ ਮੈਨੂੰ ਮੌਕਾ ਦਿੱਤਾ ਇਲੈਕਸ਼ਨ ਲੜਨ ਦਾ, ਮੈਂ ਪਾਰਟੀ ਦਾ ਧੰਨਵਾਦ ਹੈ ਅਤੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਮੈਂ ਤਾਂ ਉਰੇ ਪਹੁੰਚ ਸਕਿਆ। ਪਰ ਆਪਣੇ ਇਲਾਕੇ ਦੀ ਸੇਵਾ ਹਮੇਸ਼ਾ ਇਮਾਨਦਾਰੀ ਅਤੇ ਸੱਚਾਈ ਨਾਲ ਕੀਤੀ। ਜੀ ਸਿੰਗਲਾ ਜੀ, ਕਿਹੜੀਆਂ ਜ਼ਰੂਰਤਾਂ ਨੇ, ਕਿਹੜੀਆਂ ਸਹੂਲਤਾਂ ਨੇ ਜਿਹੜੀਆਂ ਵਾਂਝਾ ਹੈ ਸੰਗਰੂਰ ਸਹੂਲਤਾਂ ਤੋਂ, ਜਦੋਂ ਕਾਂਗਰਸ ਪਾਰਟੀ ਆਪਣੀ ਪਹੁੰਚ ਆਉਂਦੀ ਹੈ, ਆਪਣੀ ਸੱਤਾ 'ਚ ਆਉਂਦੀ ਹੈ, ਤੁਸੀਂ ਇੱਥੇ 'ਤੇ ਕਿਹੜੇ ਪ੍ਰੋਜੈਕਟਸ ਲੈ ਕੇ ਆਓਗੇ ਜਾਂ ਲੋਕਾਂ ਦੀਆਂ? ਦੇਖੋ, ਜਿੱਥੇ ਤੱਕ ਸੰਗਰੂਰ ਦੀ ਗੱਲ ਹੈ, 2009 ਤੋਂ ਲੈ ਕੇ 14 ਤੱਕ ਜਦੋਂ ਮੈਂ MP ਰਿਹਾ, ਮੈਂ ਉਰੇ ਇਲਾਕੇ ਦੀ ਕਨੈਕਟੀਵਿਟੀ ਨੂੰ ਇੰਪਰੂਵ ਕਰਨ ਵਾਸਤੇ ਰੇਲਵੇ ਕਨੈਕਟੀਵਿਟੀ ਵਿੱਚ ਬਹੁਤ ਸਾਰਾ ਕੰਮ ਕੀਤਾ। ਰੋਡ ਇਨਫਰਾਸਟ੍ਰਕਚਰ ਜੋ ਨੈਸ਼ਨਲ ਹਾਈਵੇਜ਼ ਦੇ ਨਾਲ ਸੀ, ਉਸ ਦੇ ਉੱਪਰ ਅਸੀਂ ਬੜਾ ਕੰਮ ਕੀਤਾ। ਓਵਰ ਬ੍ਰਿਜਿਸ ਐਂਡ ਅੰਡਰ ਬ੍ਰਿਜਿਸ ਦੇ ਉੱਪਰ ਅਸੀਂ ਬੜਾ ਕੰਮ ਕੀਤਾ। ਹੋਸਪਿਟਲ ਮੈਂ ਉਰੇ ਲੈ ਕੇ ਆਇਆ, PGI ਦਾ ਕੈਂਸਰ ਦਾ ਬੜਾ ਹੋਸਪਿਟਲ, ਟਾਟਾ ਮੈਮੋਰੀਅਲ ਕੈਂਸਰ ਹੋਸਪਿਟਲ ਦਾ ਅਸੀਂ ਰੇਡੀਓਥੈਰੇਪੀ ਦਾ ਸੈਂਟਰ ਸਿਵਲ ਹੋਸਪਿਟਲ 'ਚ ਲੈ ਕੇ ਆਏ ਐਟੋਮਿਕ ਐਨਰਜੀ ਤੋਂ। ਫਲਾਈਓਵਰ ਤੁਹਾਨੂੰ ਮੈਂ ਪਹਿਲਾਂ ਦੱਸਿਆ, ਬੱਚਿਆਂ ਵਾਸਤੇ ਸਿੰਥੈਟਿਕ ਟਰੈਕ ਲਗਾਇਆ ਅਥਲੈਟਿਕਸ ਦਾ ਸੰਗਰੂਰ ਦੇ ਸਟੇਡੀਅਮ 'ਚ, ਤਾਂ ਕਿ ਜਿਹੜੇ ਬੱਚੇ ਅਥਲੈਟਿਕਸ ਦੀਆਂ ਖੇਡਾਂ 'ਚ ਹਿੱਸਾ ਲੈਂਦੇ ਹੈ, ਉਹ ਬੱਚਿਆਂ ਨੂੰ ਫਾਇਦਾ ਹੋ ਸਕੇ। ਅੱਜ ਜਿਵੇਂ ਜਵਾਹਰ ਲਾਲ ਨਹਿਰੂ ਸਟੇਡੀਅਮ ਦਿੱਲੀ 'ਚ ਟਰੈਕ ਲੱਗਿਆ, ਉਸੇ ਤਰਜੀਹ ਦੇ ਉੱਪਰ ਟਰੈਕ ਸੰਗਰੂਰ 'ਚ 8 ਕਰੋੜ ਦੀ ਲਾਗਤ ਨਾਲ ਸਟੇਡੀਅਮ 'ਚ ਲੱਗਿਆ, ਤਾਂ ਕਿ ਬੱਚੇ ਅਥਲੈਟਿਕਸ ਦੀਆਂ ਖੇਡਾਂ 'ਚ ਅੱਗੇ ਜਾ ਸਕਣ। ਆਉਣ ਵਾਲੇ ਸਮੇਂ 'ਚ ਇੱਕ ਉਰੇ ਬੜੀ ਵੱਡੀ ਗੱਲ ਹੈ ਕਿ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ ਹੈ, ਰੁਜ਼ਗਾਰ ਦੇ ਪ੍ਰਬੰਧ ਕਰਨਾ ਸਾਡੀ ਇੱਕ ਜ਼ਿੰਮੇਵਾਰੀ ਹੈ। ਵਾਅਦਾ ਮੇਰਾ ਲੋਕਾਂ ਦੇ ਨਾਲ ਹੈ, ਐਜੂਕੇਸ਼ਨ ਨੂੰ ਲੈ ਕੇ, ਸਪੋਰਟਸ ਨੂੰ ਲੈ ਕੇ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਉਰੇ ਅਸੀਂ ਇਸ ਚੀਜ਼ ਨੂੰ ਇੰਪਰੂਵ ਕਰਨਾ। ਸ਼ਹਿਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ, ਜ਼ਰੂਰਤਾਂ ਲੋਕਾਂ ਨੂੰ ਹੁੰਦੀ ਹੈ, ਉਹਦੇ ਵਾਸਤੇ ਕੰਮ ਕਰਨਾ, ਚਾਹੇ ਉਹ ਸਟਰੀਟ ਲਾਈਟ ਹੈ, ਚਾਹੇ ਉਹ ਪਾਰਕਸ ਹੈ, ਚਾਹੇ ਉਹ ਗਲੀ ਹੈ, ਚਾਹੇ ਉਹ ਡਰਿੰਕਿੰਗ ਵਾਟਰ ਹੈ, ਚਾਹੇ ਉਹ ਸੀਵਰੇਜ ਸਿਸਟਮ ਹੈ, ਜਿਹਦੇ ਵਾਸਤੇ ਮੈਂ 125 ਕਰੋੜ ਰੁਪਈਆ ਭਾਰਤ ਦੀ ਸਰਕਾਰ ਤੋਂ ਲਿਆਂਦਾ ਸੀ ਅਤੇ ਉਹਦਾ ਕੁਛ ਕੰਮ ਅਧੂਰਾ ਪਿਆ। ਤੋ ਇਹ ਮੇਰੀਆਂ ਪ੍ਰਾਇਰਟੀਜ਼ ਹੀ ਹੈ। ਜਿੱਥੇ ਤੱਕ ਅਨਇੰਪਲੋਇਮੈਂਟ ਦੀ ਗੱਲ ਹੈ, ਬੇਰੁਜ਼ਗਾਰੀ ਦੀ ਗੱਲ ਹੈ, ਵਾਅਦਾ ਮੇਰਾ ਸਾਰੇ ਸੰਗਰੂਰ ਦੇ ਲੋਕਾਂ ਨਾਲ ਹੈ ਕਿ ਬੜੀ ਇੰਡਸਟਰੀ ਆਪਾਂ ਉਰੇ ਲੈ ਕੇ ਆਵਾਂਗੇ, ਤਾਂ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲ ਸਕੇ। ਕਿਉਂਕਿ ਜਦ ਤੱਕ ਅਸੀਂ ਰੁਜ਼ਗਾਰ ਦੇ ਪ੍ਰਬੰਧ ਨਹੀਂ ਕਰਾਂਗੇ, ਤਦ ਤੱਕ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਕਰ ਸਕਦੇ। ਜੀ ਸਿੰਗਲਾ ਜੀ, ਸ਼੍ਰੋਮਣੀ ਅਕਾਲੀ ਦਲ ਦਾ ਵਿਕਾਸ 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 ਦਾ ਜਿਹੜਾ ਦਾਅਵਾ ਨਾਰਾ, ਉਹ ਕਿੰਨਾ ਕੁ ਸੱਚ ਹੈ? ਮੇਰਾ ਖਿਆਲ ਉਹ 10 ਸਾਲ ਦੇ ਵਿੱਚ ਜੋ ਵਿਕਾਸ ਉਹਨਾਂ ਨੇ ਕੀਤਾ, ਲੋਕ ਵੋਟਾਂ ਪਾ ਕੇ ਦੱਸਣਗੇ ਕਿ ਕੀ ਵਿਕਾਸ ਕੀਤਾ। ਕਹਿਣ ਦੇ ਨਾਲ ਦਾਅਵੇ ਕਰਨਾ ਕੁਛ ਨਹੀਂ ਹੁੰਦਾ, ਗਲਤ ਹੈ ਕਿ ਸਾਹਮਣੇ ਦੇਖਦਾ ਕੀ ਹੈ। ਇਕੱਲੀਆਂ ਇੰਟਰਲੋਕਿੰਗ ਟਾਈਲਾਂ ਲਾ ਕੇ ਤੁਸੀਂ ਕਹੋ ਕਿ ਵਿਕਾਸ ਕਰਤਾ, ਦੈਟ ਇਜ਼ ਦੀ ਬੇਸਿਕ ਰਿਕੁਆਇਰਮੈਂਟ ਆਫ ਐਨੀ
बेसिक रिक्वायरमेंट ऑफ एनी सिटीजन ऑफ एनी कंट्री और एनी स्टेट और एनी वार्ड। तो ये सारी चीज़ मैं कहना चाहता हूँ। नशा करना पंजाब च नशा दे मजा दे। देखो चिट्टे दे नशे ने जवानी बर्बाद की हुई है। कैप्टन साहब ने वादा किया असी चार हफ्ते नशा चिट्टे दे नशा खत्म करांगे और असी पाबंद रहांगे उस गल ते। ना तो नशे के व्यापारी को प्रमोट किया जाऊगा तो ना नशे बेचण वालों तो जिहड़े नशा बकवाते ना उन्होंने। तो जो नशा ही बंद हो जाऊगा तो मैं समझदा पंजाब की जवानी चंगे राह ते चलूगी जी। मैं तो सारे यही बेनती करना चाहता मैं सेवा की है पहला भी पाँच साल ईमानदारी की है सच्चाई की है लोगों वास्ते की है। तो जिहड़े मेरे सामने होर कैंडिडेट लड़ रहे उन्हां दी सेवा देख लो। जे तुहानू लगता कि थोड़े विजेंद्र सिंगला दी सेवा दे विच बाकियां नालों सेवा चंगी सी तां मैनू चुणियो क्योंकि मैं तां सेवा करना चाहुंदा ना मैं कदे किसी जेब वल देखिया ते ना मैं देखना चाहुंदा। मेरा तां सिर्फ इक्को इक टारगेट है कि मेरा हलका मेरा संगरूर किस तरह होर शानदार बन सकदा इहदे विच कीड़ियां कीड़ियां चीज़ां नूं लैके आउण दी लोड़ है ये मेरी थॉट है।